ਅਮਰੀਕਾ ਜਾਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਅਮਰੀਕਾ ਜਾਣ ਦੇ ਚਾਹਵਾਨ ਹੋ ਤੇ ਅੰਤ ਤੱਕ ਇਸ ਖਬਰ ਨੂੰ ਜ਼ਰੂਰ ਸੁਣਿਓ, ਕਿਉਂਕਿ ਹੁਣ ਅਮਰੀਕਾ ਦੇ ਵੱਲੋਂ ਭਾਰਤ ਦੇ ਵਿੱਚ ਭਾਰਤੀ ਲੋਕਾਂ ਦੇ ਲਈ 2.5 ਲੱਖ ਵੀਜ਼ਾ ਅਰਜ਼ੀਆਂ ਦੀ ਅਪਾਇੰਟਮੈਂਟ ਖੋਲ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਅਮਰੀਕੀ ਦੂਤਘਰ ਦੇ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਮਰੀਕਾ ਘੁੰਮਣ ਜਾਣਾ ਚਾਹੁੰਦਾ ਹੈ ਜਾਂ ਫਿਰ ਕੋਈ ਹੁਨਰਮੰਦ ਕੰਮ ਹੈ, ਵਿਦਿਆਰਥੀ ਹੈ, ਉਹਨਾਂ ਨੂੰ ਵੀਜ਼ਾ ਜਿਹੜਾ ਹੈ ਉਸਦੇ ਲਈ ਅਪਾਇੰਟਮੈਂਟ ਹੁਣ ਦਿੱਤੀ ਜਾਏਗੀ। ਇਸ ਪੂਰੇ ਮਾਮਲੇ ਸੰਬੰਧੀ ਇੱਕ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਮਰੀਕੀ ਦੂਤਘਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸਨੇ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਦੇ ਲਈ 2.5 ਲੱਖ ਵਾਧੂ ਵੀਜ਼ਾ ਅਪਾਇੰਟਮੈਂਟਸ ਖੋਲ ਦਿੱਤੀਆਂ ਨੇ। ਭਾਰਤ ਦੇ ਵਿੱਚ ਅਮਰੀਕੀ ਮਿਸ਼ਨ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਨਵੇਂ ਸਲਾਟ ਦੇ ਨਾਲ ਉਹਨਾਂ ਨੇ ਲੱਖਾਂ ਭਾਰਤੀਆਂ ਭਾਰਤੀ ਬਿਨੈਕਾਰਾਂ ਨੂੰ ਸਮੇਂ ਸਿਰ ਇੰਟਰਵਿਊ ਲੈਣ ਦੇ ਵਿੱਚ ਮਦਦ ਮਿਲੇਗੀ, ਜੋ ਕਿ ਅਮਰੀਕੀ ਭਾਰਤ ਸੰਬੰਧਾਂ ਦੀ ਰੀੜ੍ਹ ਦੀ ਹੱਡੀ ਨੇ। ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਮਿਸ਼ਨ ਨੇ ਲਗਾਤਾਰ ਦੂਸਰੇ ਸਾਲ ਪਹਿਲਾਂ ਹੀ 10 ਲੱਖ ਗੈਰ ਪ੍ਰਵਾਸੀ ਵੀਜ਼ਾ ਅਰਜ਼ੀਆਂ ਨੂੰ ਪਾਰ ਕਰ ਲਿਆ। ਬਿਆਨ ਦੇ ਵਿੱਚ ਅੱਗੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਇਹਨਾਂ ਗਰਮੀਆਂ ਦੇ ਨਾਲ ਸਾਡੇ ਵਿਦਿਆਰਥੀ ਵੀਜ਼ੇ ਸੀਜ਼ਨ ਦੌਰਾਨ ਅਸੀਂ ਰਿਕਾਰਡ ਨੰਬਰਾਂ ਦੀ ਪ੍ਰਕਿਰਿਆ ਜਾਰੀ ਰੱਖੀ ਤੇ ਸਾਰੇ ਪਹਿਲੀ ਵਾਰ ਵਿਦਿਆਰਥੀ ਬਿਨੈਕਾਰ ਭਾਰਤ ਦੇ ਆਲੇ ਦੁਆਲੇ ਸਾਡੇ 5 ਕੌਂਸਲਰ ਸੈਕਸ਼ਨਾਂ ਦੇ ਵਿੱਚ ਇੱਕ ਚ ਮੁਲਾਕਾਤ ਪ੍ਰਾਪਤ ਕਰਨ ਦੇ ਯੋਗ ਸੀ। ਅਸੀਂ ਹੁਣ ਪਰਿਵਾਰਾਂ ਨੂੰ ਇਕੱਠੇ ਲਿਆਉਣ, ਕਾਰੋਬਾਰਾਂ ਨੂੰ ਜੋੜਨ ਅਤੇ ਸੈਰ ਸਪਾਟੇ ਦੀ ਸਹੂਲਤ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸਾਲ 2024 ਦੇ ਵਿੱਚ ਹੁਣ ਤੱਕ 1.2 ਮਿਲੀਅਨ ਤੋਂ ਵੱਧ ਭਾਰਤੀਆਂ ਨੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ ਹੈ, ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 35% ਵੱਧ ਹੈ। US ਮਿਸ਼ਨ ਦੇ ਅਨੁਸਾਰ ਘੱਟੋ ਘੱਟ 60 ਲੱਖ ਭਾਰਤੀਆਂ ਦੇ ਕੋਲ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਆਉਣ ਦੇ ਲਈ ਗੈਰ ਪ੍ਰਵਾਸੀ ਵੀਜ਼ਾ ਹੈ ਤੇ ਹਰ ਰੋਜ਼ ਜਿਹੜਾ ਹਜ਼ਾਰਾਂ ਹੋਰ ਜਾਰੀ ਕੀਤੇ ਜਾ ਰਹੇ ਨੇ। ਦੂਤਾਵਾਸ ਨੇ ਸੋਮਵਾਰ ਨੂੰ ਉਜਾਗਰ ਕੀਤਾ ਕਿ ਸੰਯੁਕਤ ਰਾਜ ਦੀ ਭਾਰਤ ਦੇ ਨਾਲ ਭਾਈਵਾਲੀ ਇਤਿਹਾਸ ਦੇ ਵਿੱਚ ਕਿਸੇ ਵੀ ਸਮੇਂ ਦੇ ਨਾਲੋਂ ਵਧੇਰੀ ਮਜ਼ਬੂਤ, ਨਜ਼ਦੀਕੀ ਅਤੇ ਵਧੇਰੇ ਗਤੀਸ਼ੀਲ ਹੈ। US ਸੈਨੇਟ ਨੇ ਭਾਰਤ ਅਮਰੀਕਾ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ 30 ਸਤੰਬਰ ਨੂੰ US ਭਾਰਤ ਭਾਈਵਾਲੀ ਦਿਵਸ ਵਜੋਂ ਮਨੋਨੀਤ ਕੀਤਾ ਹੈ। ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਹਾਲ ਹੀ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡਨ ਨੇ ਵੀਜ਼ਾ ਪ੍ਰਕਿਰਿਆ ਦੇ ਵਿੱਚ ਸੁਧਾਰ ਤੇ ਤੇਜ਼ੀ ਲਿਆਉਣ ਦੇ ਲਈ ਇੱਕ ਅਭਿਲਾਸ਼ੀ ਟੀਚਾ ਰੱਖਿਆ ਤੇ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਉਸ ਵਾਅਦੇ ਨੂੰ ਪੂਰਾ ਕੀਤਾ ਹੈ। ਦੂਤਾਵਾਸ ਅਤੇ 4 ਕੌਂਸਲੇਟਾਂ ਸਾਡੀਆਂ ਕੌਂਸਲਰ ਟੀਮਾਂ ਇਹ ਯਕੀਨੀ ਬਣਾਉਣ ਦੇ ਲਈ ਅਣਥੱਕ ਕੰਮ ਕਰਦੀਆਂ ਨੇ ਕਿ ਅਸੀਂ ਵੱਧਦੀ ਮੰਗ ਨੂੰ ਪੂਰਾ ਜੋ ਹੈ ਉਹ ਕਰ ਸਕੀਏ। ਅਮਰੀਕਾ ਜਾਣ ਦੇ ਜਿਹੜੇ ਲੋਕ ਚਾਹਵਾਨ ਨੇ ਉਹਨਾਂ ਦੇ ਲਈ ਇਹ ਖੁਸ਼ੀ ਦੀ ਖਬਰ ਜ਼ਰੂਰ ਹੈ, ਕਿਉਂਕਿ ਅਮਰੀਕਾ ਜਾਣ ਦੇ ਲਈ ਜਿਹੜੀਆਂ ਵੀਜ਼ਾ ਅਪਾਇੰਟਮੈਂਟਸ ਦੂਤਘਰ ਤੋਂ ਮਿਲ ਰਹੀਆਂ ਸੀ ਉਹ ਅਸਲ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਸੀ, ਕਿਉਂਕਿ ਉਹਨਾਂ ਦੇ ਕੋਲ ਇੰਨੇ ਲੋਕਾਂ ਦੀਆਂ ਅਰਜ਼ੀਆਂ ਆ ਰਹੀਆਂ ਸੀ ਜਿਸ ਕਾਰਨ ਬਹੁਤ ਸਾਰੇ ਭਾਰਤੀ ਜਿਹੜੇ ਹੈ ਉਹ ਵੇਟਿੰਗ ਦੇ ਵਿੱਚ ਸੀਗੇ। ਪਰ ਹੁਣ ਕਿਹਾ ਜਾ ਰਿਹਾ ਹੈ ਕਿ 2.5 ਲੱਖ ਦੇ ਕਰੀਬ ਜਿਹੜੀਆਂ ਇਹ ਵੀਜ਼ਾ ਅਪਾਇੰਟਮੈਂਟਸ ਨੇ ਉਹ ਖੋਲ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਕਿਤੇ ਨਾ ਕਿਤੇ ਭਾਰਤੀਆਂ ਨੂੰ ਇਸ ਚੀਜ਼ ਦਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ।